ਦੇਖੋ ਸਾਹਿਬ, ਤੁਸੀਂ ਮੇਰੇ ਨਾਲ ਸਾਦਾ ਜ਼ਿਆਦਾ ਸਮਝਦਾਰ ਹੋ, ਤੁਸੀਂ ਹਰੇਕ ਪੋਲੀਟੀਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹੋ, ਅਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ 'ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ, ਦੈਟ ਮੀਨਸ ਸਾਡੇ ਕੰਨੀ ਤਾਂ ਤਿਆਰੀ ਪੂਰੀ ਹੈ ਸਾਹਿਬ। 10 ਤਰੀਕ ਨੂੰ ਕੀ ਹੋਣਾ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ, ਮੈਂ ਜੋਤਿਸ਼ ਜਾਤਿਸ਼ 'ਚ ਜ਼ਿਆਦਾ ਯਕੀਨ ਕਰਦਾ ਨਹੀਂ, ਨਾ ਹੀ ਮੈਂ ਕੋਈ ਇਹਦਾ ਦੇਖਦਾ, ਪਰ ਜਿਹੜੇ ਹਾਲਾਤ ਹੈ, ਤੁਸੀਂ ਯੂ ਆਰ ਅ ਬੈਟਰ ਓਬਜ਼ਰਵਰ, ਉਸ ਗੱਲ ਦਾ ਤੁਸੀਂ ਨਿਚੋੜ ਕੱਢ ਸਕਦੇ ਹੋ ਕੀ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਪਰ ਬੀਜੇਪੀ ਆਪਣੇ ਸਤਰ ਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ, ਪੂਰੀ ਤਾਕਤ ਅਸੀਂ ਝੋਂਕ ਰਹੇ ਹਾਂ। ਲੋਕਾਂ ਨੇ ਫੈਸਲਾ ਕਰਨਾ ਜੀ, ਬੈਨੀਫਿਸ਼ੀਅਲ ਨੋਨ ਬੈਨੀਫਿਸ਼ੀਅਲ ਮਸਲਾ ਪੰਜਾਬ ਦਾ ਹੈ, ਕਿਸੇ ਇੱਕ ਬੀਜੇਪੀ ਦੇ ਇੰਡੀਵਿਜੁਅਲ ਬੈਨੀਫਿਟ ਦਾ ਨਹੀਂ, ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟ ਦਾ ਮਸਲਾ ਹੈ, ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਹਾਂ। ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਛ ਵਿਧਾਨ ਸਭਾ 'ਚ ਵਾਪਰਿਆ, ਉਹਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੌੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ 'ਤੇ। ਅਪੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ, ਇਹ ਵਾਚ ਡੋਗ, ਇਹ ਵਾਚਮੈਨ ਜਾਂ ਚੌਕੀਦਾਰ ਕਹਿ ਲਓ, ਉਹਨੂੰ ਕੁਛ ਕਹਿ ਲਓ, ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਨ, ਇੱਕ ਮਿਲਜੁਲ ਕੇ ਖੇਡ ਖੇਡ ਰਹੇ, ਅਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ, ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ 13 ਸੀਟਾਂ ਦੀ ਕਰੀ ਬੈਠੇ। ਜੀ ਜੀ ਸਰ, ਜੀ ਨਿਵਰ ਸਾਹਿਬ, ਬਿਲਕੁਲ ਰੀਜਨਲ ਪਾਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਹਿਬ, ਖਾਸ ਤੌਰ 'ਤੇ ਇੱਕ ਅਜਿਹਾ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਨੋਰਟੀ ਹਾਂ, ਅਸੀਂ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ, ਉਹਨਾਂ ਦੇ ਕੰਮ ਸਾਰੇ ਅਸੀਂ ਮਜੋਰਟੀ ਵਾਂਗੂ ਕਰਦੇ ਹਾਂ, ਬਟ ਸਾਡੇ ਜੇ ਅੰਦਰ ਜਿਸ ਕਿਸਮ ਦਾ ਟੈਗ ਲੱਗਦਾ ਮਨੋਰਟੀ ਵਾਲਾ, ਉੱਥੇ ਖਾਸ ਤੌਰ 'ਤੇ ਇਟ ਇਜ਼ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸਕਸ਼ਮ ਪਾਰਟੀ ਹੋਵੇ, ਤਾਂ ਕਿ ਉਹਨਾਂ ਨੂੰ ਇਸ ਕਿਸੇ ਕਿਸਮ ਦੀ ਭਾਵਨਾ ਨਾ ਆ ਜਾਵੇ ਵੀ ਸਾਡੀ ਗੱਲ ਰੱਖਣ ਵਾਲਾ ਕੋਈ ਹੈ ਨਹੀਂ। ਜੀ ਸਰ।